ਜਿਹੜੇ ਦੋਸਤ ਭਵਿੱਖ ਦੇ ਵਿੱਚ ਅਧਿਆਪਕ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਜਾਣਕਾਰੀ ਹੈਗੀ ਹੈ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜਿਹਨੂੰ ਆਪਾਂ PS ਟੈਟ ਕਹਿ ਦਿੰਦੇ ਹਾਂ ਪੰਜਾਬ ਸਟੇਟ ਟੀਚਰਸ ਐਲੀਜੀਬਿਲਿਟੀ ਟੈਸਟ 2023 ਇਹ 12 ਮਾਰਚ 2023 ਨੂੰ ਹੋਣ ਜਾ ਰਿਹਾ ਸੋ ਜਿਹੜੇ ਵੀ ਦੋਸਤਾਂ ਨੇ ਇਸ ਟੈਸਟ ਵਾਸਤੇ ਅਪਲਾਈ ਕਰਨਾ ਹੈਗਾ ਅਤੇ ਅਪੀਅਰ ਹੋਣਾ ਹੈਗਾ ਉਹਨਾਂ ਵਾਸਤੇ ਇਹ ਜ਼ਰੂਰੀ ਸੂਚਨਾ ਇਹ ਹੈਗੀ ਹੈ ਕਿ ਤੁਸੀਂ 28 ਫਰਵਰੀ 2023 ਤੱਕ ਇਸ ਟੈਸਟ ਵਾਸਤੇ ਅਪਲਾਈ ਕਰ ਸਕਦੇ ਹੋ ਔਨਲਾਈਨ ਜਿਹੜੀ ਵੈਬਸਾਈਟ 'ਤੇ ਅਪਲਾਈ ਕਰਨਾ ਉਹ ਨੋਟ ਕਰ ਲਓ www.pstet2023.org ਇਹਦੇ 'ਤੇ ਤੁਸੀਂ ਔਨਲਾਈਨ ਅਪਲਾਈ ਵੀ ਕਰ ਸਕਦੇ ਹੋ ਅਪਲਾਈ ਕਰਨ ਤੋਂ ਪਹਿਲਾਂ ਅਗਰ ਇਹ ਅਪਲਾਈ ਕਰਨ ਦੀਆਂ ਕੀ ਗਾਈਡਲਾਈਨਸ ਹੈਗੀਆਂ ਫੀਸ ਕੀ ਹੈਗੀ ਆ ਯੋਗਤਾ ਕੀ ਹੈਗੀ ਆ ਇਹਦੇ ਬਾਰੇ ਸਾਰੀ ਤੁਸੀਂ ਇਨਫੋਰਮੇਸ਼ਨ ਇਸ ਵੈਬਸਾਈਟ ਤੋਂ ਲੈ ਸਕਦੇ ਹੋ ਸੋ ਦੋਸਤੋ ਤੁਹਾਨੂੰ ਅਗਰ ਅਧਿਆਪਕ ਬਣਨਾ ਤਾਂ ਤੁਹਾਨੂੰ ਇਹ ਟੈਸਟ ਪਾਸ ਕਰਨਾ ਚੰਗੇ ਨੰਬਰਾਂ ਨਾਲ ਪਾਸ ਕਰਨਾ ਬਹੁਤ ਜ਼ਰੂਰੀ ਹੈ ਸੋ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਟੈਸਟ ਦੇ ਵਿੱਚ ਅਪੀਅਰ ਹੋਵੋ ਉਸ ਤੋਂ ਪਹਿਲਾਂ ਔਨਲਾਈਨ ਅਪਲਾਈ ਕਰੋ ਥੈਂਕ ਯੂ